ਅੰਮ੍ਰਿਤਸਰ ਦੇ ਪਵਨ ਨਗਰ ਵਿੱਚ ਇੱਕ ਨਵ-ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਦਾ ਵਿਆਹ ਅਜੇ 4 ਕੁ ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਮਨਪ੍ਰੀਤ ਦੇ ਸਹੁਰੇ ਦਹੇਜ ਦੀ ਮੰਗ ਕਰ ਰਹੇ ਸੀ ਅਤੇ ਮੰਗ ਪੂਰੀ ਨਾ ਹੋਣ ਕਾਰਨ ਉਸਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਹੈ। ਪਰ ਇਸ ਮਾਮਲੇ ਦੀ ਅਸਲੀ ਸੱਚਾਈ ਕੀ ਹੈ, ਇਹ ਤਾਂ ਨਿਰਪੱਖ ਕਾਰਵਾਈ ਤੋਂ ਬਾਅਦ ਹੀ ਪਤਾ ਚੱਲੇਗੀ ਅਤੇ ਇਸ ਸੰਬੰਧੀ ਪੁਲਿਸ ਕਾਰਵਾਈ ਦੇ ਵਿੱਚ ਜੁੜ ਚੁੱਕੀ ਹੈ। ਇਹ ਕੁੜੀ ਜਿਉਂ ਨਹੀਂ 4 ਮਹੀਨੇ ਹੋਏ ਵਿਆਹ ਨੂੰ, 4 ਮਹੀਨੇ 'ਚ ਇਹਨਾਂ ਨੇ ਸਾਨੂੰ ਰੋਜ਼ ਤੰਗ ਕਰਦੇ, ਕੁੜੀ ਨਾਲ ਲੜਾਈ ਝਗੜਾ ਕਰਦੇ ਸੀ, ਦਾਜ ਮੰਗਦੇ ਸੀ, ਕਹਿੰਦੇ ਦਾਜ ਦਿਓ ਮੋਟਰਸਾਈਕਲ, ਰੋਜ਼ ਲੜਾਈ ਝਗੜਾ। ਮੁੰਡਾ ਕੰਮ ਨਹੀਂ ਕਰਦਾ, ਜਾਂਦਾ ਨਹੀਂ ਕੰਮ 'ਤੇ, ਰੋਜ਼ ਦਿਹਾੜੀ ਕਰਨ ਤਾਂ ਜਾਂਦਾ ਸੀ ਤਾਂ ਤਨਖਾਹ ਵੀ ਨਹੀਂ ਦਿੰਦਾ ਲਿਆ ਕੇ, ਭੁੱਖੀ ਮਾਰਦੀ ਕੁੜੀ ਰੋਜ਼ ਹੀ ਹੈ। ਸਾਨੂੰ ਕੱਲ੍ਹ ਵੀ ਕਹਿੰਦੀ ਸੀ ਮੇਰੇ ਨਾਲ ਲੜਾਈ ਝਗੜਾ ਕੀਤਾ ਸੀ, ਤਾਂ ਕਿਹਾ ਚੱਲ ਰਹਿ ਪਓ, ਇਹ ਸੱਸ ਵੀ ਲੜਦੀ ਸਹੁਰਾ ਵੀ ਲੜਦਾ ਸੀ। ਇਹਨਾਂ ਨੇ 12 ਵਜੇ ਮੇਰੇ ਨਾਲ ਗੱਲ ਹੋਈ, ਉਹਦੀ ਉਹ ਤੋਂ ਬਾਹਰ ਇਹਨਾਂ ਨੇ ਮੈਨੂੰ 3 ਵਜੇ ਫੋਨ ਕੀਤਾ ਕਿ ਮਿੰਨੀ ਨੂੰ ਪਤਾ ਨਹੀਂ ਕੀ ਹੋ ਗਿਆ, ਮਰ ਗਈ ਉਹ, ਪਤਾ ਨਹੀਂ ਇਹਨਾਂ ਗਲ ਘੁੱਟ ਕੇ ਮਾਰੀ ਹੈ ਮੇਰੀ ਕੁੜੀ, ਸਾਰੇ ਟੱਬਰ ਨੇ ਘਰ ਸਾਰਾ ਟੱਬਰ ਹੀ ਕਰੇ, ਅੱਜ 4 ਦਿਨ ਹੋ ਗਏ ਕੰਮ ਤੇ ਗਿਆ ਹੀ ਨਹੀਂ ਮੁੰਡਾ। ਹਾਂਜੀ ਅਸੀਂ ਮੰਗ ਕਰਦੇ ਹੈਗੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਸਾਰੇ ਟੱਬਰ ਨੂੰ ਜੇਲ੍ਹ 'ਚ ਪਹੁੰਚਣ, ਸਾਰੇ ਟੱਬਰ ਇਹ ਦਾਜ ਮੰਗ ਰਹੇ, ਦਾਜ ਤੋਂ ਇਹਨੇ ਦਾਜ ਨਹੀਂ ਦਿੱਤਾ ਤਾਂ ਸਾਡੀ ਕੁੜੀ ਮਾਰ ਦਿੱਤੀ ਇਹਨਾਂ ਨੇ ਸਰ ਜੀ। ਮੋਟਰਸਾਈਕਲ ਮੰਗ ਰਹੇ ਸਾਡੇ ਕੋਲੋਂ, ਅਸੀਂ ਕਿੱਥੋਂ ਦਿੰਦੇ, ਗਰੀਬ ਬੰਦੇ ਸੀ ਪਹਿਲੋਂ, ਉਹਨੇ ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਕੁੜੀ ਚਾਹੀਦੀ ਆ। ਉਹ ਤੋਂ ਬਾਅਦ ਤੰਗ ਸ਼ੁਰੂ ਕਰਨਾ ਕਿ ਕਰੀ ਵਰਤਦੇ ਰਹੋ, ਕਰੀ ਕਰੀ ਕੋਈ ਤਿਉਹਾਰ ਹੈ ਉਹ ਦੇ ਕੇ ਜਾਓ, ਕੱਪੜੇ ਦੇ ਕੇ ਜਾਓ, ਸਾਰੇ ਪਰਿਵਾਰ ਨੂੰ ਸਾਨੂੰ ਇਸ ਤਰ੍ਹਾਂ ਕਹਿੰਦੇ, ਧਮਕੀਆਂ ਦਿੰਦੇ ਸੀ। ਇਹ ਮਹਿੰਦਰਾ ਕਲੋਨੀ ਟਾਵਰ ਵਾਲੀ ਗਲੀ ਹੈ, ਮੈਸੇਜ ਮਿਲਿਆ ਸੀ ਕਿ ਇੱਥੇ ਲੜਕੀ ਨੇ ਫੜ ਲਿਆ, ਮੈਂ ਇੱਥੇ ਮੌਕੇ 'ਤੇ ਆਇਆ ਵਾਂ। ਫੋਰੈਂਸਿਕ ਲੈਬ ਜਿਹੜੀ ਆਪਣੀ ਹੈਗੀ ਆ ਫਲਾਇੰਗ, ਉਹਨੂੰ ਸੱਦਿਆ ਗਿਆ, ਉਹਨਾਂ ਵੀ ਮੁਆਇਨਾ ਕੀਤਾ ਕਰਵਾ ਰਹੇ ਹਾਂ, ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਲੜਕੀ ਦਾ ਨਾਮ ਹੈਗਾ ਮਨਪ੍ਰੀਤ ਅਰੂਸੀ, ਹਾਂ ਵਿਆਹੀ, 4 ਕੁ ਮਹੀਨੇ ਪਹਿਲਾਂ ਦਾ ਵਿਆਹ ਹੋਇਆ ਸੀ। ਨਹੀਂ ਕਾਰਨ ਤਾਂ ਹੁਣ ਦੇਖਿਆ ਜਾਊਗਾ ਨਾ, ਮੌਕੇ 'ਤੇ ਆਏ ਹਾਂ, ਤਸਦੀਕ ਕਰ ਰਹੇ ਹਾਂ, ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕਾਰਵਾਈ।